ਇਹ ਫਰਸ਼ ਕਿਸ ਵਜ੍ਹਾ ਤੋਂ ਖਰਾਬ ਹੋਇਆ ਹੈ ਉਹ ਜਿਹੜਾ ਨਾ ਮੈਂ ਤੁਹਾਨੂੰ ਦੱਸ ਦਿੰਦਾ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਗੁੱਡ ਮਾਰਨਿੰਗ, ਕੀ ਹਾਲ ਚਾਲ ਸਾਡੇ ਬ੍ਰਦਰ, ਦੁਆ ਕਰਨਾ ਸਾਡੇ ਵੇਖਣ ਜਿੰਨੇ ਕੁ ਪੈਣ ਪੈਣੇ ਖੁਸ਼ ਰਹੋ, ਬਾਅਦ ਹਮੇਸ਼ਾ ਵਾਸਤੇ ਵਸਦੇ ਰਹੋ। ਅਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਹੈ। ਸੁਬਹ ਸੁਬਹ ਹੀ ਬੇਗਮ ਸਾਹਿਬਾਂ ਨੇ ਨੁਕਸਾਨ ਕਰ ਦਿੱਤਾ ਔਰ ਮੈਂ ਸਮਝ ਲਓ ਕਿ ਉੱਠਣਾ ਹਾਲੇ ਕੋਈ ਨਹੀਂ ਸੀ, 11-12 ਵਜੇ ਉੱਠਾਂ, ਮਜਬੂਰਨ ਉੱਠਣਾ ਪੈ ਗਿਆ। ਨੁਕਸਾਨ ਕੀ ਹੋਇਆ, ਬੇਗਮ ਸਾਹਿਬਾਂ ਸੁਬਹ ਦਾ ਨਾਸ਼ਤਾ ਬਣਾ ਰਹੀ ਆ, ਇਹਨਾਂ ਰਾਤ ਨੂੰ ਕਿਤੇ ਕੁੰਡੀ ਨਹੀਂ ਲਾਈ, ਉਹ ਪਰਲੇ ਮੋਟੂ ਪਤਲੂ ਵਾਲੇ ਤੋਤਿਆਂ ਦੀ, ਅਤੇ ਉੱਧਰ ਤੋਤਾ ਇਹਨਾਂ ਵਿੱਚੋਂ ਇੱਕ ਉੱਧਰ ਨਿਕਲ ਗਿਆ, ਇੱਕ ਜਿਹੜਾ ਹੈਗਾ ਨਾ ਤੋਤਾ ਉੱਡ ਗਿਆ। ਹਾਂ ਇਹ ਕੀ ਖਾ ਰਹੇ ਨੇ, ਪੀਲੇ ਰੰਗ ਦਾ ਜਿਹੜਾ ਇੱਕ ਤੋਤਾ ਹੈਗਾ ਨਾ ਉੱਡ ਗਿਆ, ਦੋ ਫਿਰਦੇ ਨੇ, ਤਿੰਨ ਹੈਗੇ ਸੀ ਔਰ ਕਾਫੀ ਜ਼ਿਆਦਾ ਪਰੇਸ਼ਾਨੀ ਹੈ, ਉਹ ਪਤਾ ਨਹੀਂ ਗਿਆ ਕਿਹੜੇ ਪਾਸੇ, ਕੋਈ ਸਮਝ ਵੀ ਕੋਈ ਨਹੀਂ ਹੈ। ਸੁਬਹ ਫਸਟ ਟਾਈਮ ਹੀ ਉੱਡਿਆ ਔਰ ਮੈਂ ਇਹ ਦਰਖਤ ਵਗੈਰਾ ਵੇਖਣ ਇੱਥੇ ਤਾਂ ਨਜ਼ਰ ਕੋਈ ਨਹੀਂ ਆਇਆ, ਹੁਣ ਮੈਂ ਚੱਲਿਆ ਪਿੱਛੇ ਸਾਈਡ ਵਾਲੀ, ਮੈਂ ਦਰਖਤ ਵਗੈਰਾ ਜਾ ਕੇ ਦੇਖਣਾ, ਸ਼ਾਇਦ ਉੱਧਰ ਕਿਤੇ ਬੈਠਾ ਹੋਵੇ, ਉਹ ਹੈ ਤਾਂ ਹਾਲਾ ਬੱਚਾ ਮਿਲ ਤਾਂ ਜਾਵੇਗਾ, ਅਗਰ ਮਿਲ ਗਿਆ ਤਾਂ ਚੈੱਕ ਜਾ ਕੇ ਕਰਨਾ ਮੈਂ। ਔਰ ਬੇਗਮ ਸਾਹਿਬਾਂ ਸੁਬਹ ਦੇ ਨਾਸ਼ਤਾ ਵਗੈਰਾ ਬਣਾ ਰਹੀ ਹੈ ਔਰ ਇਸ ਕਿਚਨ ਵਿੱਚ ਅਸੀਂ ਪੱਕਾ ਪੱਕਾ ਨਾਲ ਸ਼ਿਫਟ ਹੋ ਗਏ। ਹਾਂ ਖਾਂ ਵੀ ਨਾ, ਅਬਦੁਲ ਵਹਾਬ ਸੁਬਹ ਸੁਬਹ ਜਿਹੜਾ ਨਾ ਮਾਂ ਦੀ ਜਾਨ ਨਹੀਂ ਛੱਡਦਾ, ਚਲਦੇ ਅੰਦਰ ਚੱਲ ਕੇ ਬੈ ਖੇਤਾਂ ਵਾਲੀ ਸਾਈਡ 'ਤੇ, ਸ਼ਾਇਦ ਕਿਤੇ ਜਿਹੜਾ ਹੈਗਾ ਨਾ ਮਿਲ ਜਾਵੇ। ਮੇਰੇ ਖਿਆਲ ਦੇ ਵਿੱਚ ਜਾਣਾ ਜਿਹੜਾ ਹੈਗਾ ਨਾ ਫਜ਼ੂਲ ਹੈ, ਅਗਰ ਉਹ ਹੋਇਆ ਵੀ ਨਾ ਤਾਂ ਉਹਨੂੰ ਕਾਵਾਂ ਨੇ ਜਿਹੜਾ ਹੈਗਾ ਨਾ ਕਿਸੇ ਚੀਜ਼ ਨੇ ਫੜ ਫੁੜ ਲਿਆ ਹੋਣਾ, ਔਰ ਕਿਉਂਕਿ ਕਾਫੀ ਸਾਰੀ ਪਿੰਡ ਹੈਗਾ, ਹੁਣ ਮੈਂ ਕਿੱਥੇ ਕਿੱਥੇ ਨੂੰ ਲੱਭਾਂਗਾ, ਮੈਨੂੰ ਹੁਣ ਕੀ ਪਤਾ ਕਿੱਥੇ ਬੈਠਾ ਹੋਇਆ। ਥੋੜ੍ਹਾ ਬਹੁਤਾ ਮੈਂ ਦੇਖ ਕੇ ਤਾਂ ਆਇਆ, ਲੇਕਿਨ ਮੈਨੂੰ ਕਿਸੇ ਪਾਸੇ ਜਿਹੜਾ ਹੈਗਾ ਨਾ ਤੋਤਾ ਨਹੀਂ ਮਿਲਿਆ, ਲੇਕਿਨ ਹੁਣ ਲੰਬਾ ਸਫ਼ਰ ਕਰਕੇ ਆਉਣਾ ਜਾਂ ਕਿਸੇ ਚੀਜ਼ ਨੇ ਜਿਹੜਾ ਨਾ ਫੜ ਲਿਆ ਹੋਣਾ। ਔਰ ਇਹਨਾਂ ਦੇ ਸੁਬਹ ਸੁਬਹ ਕੰਮ ਚੈੱਕ ਕਰੋ। ਬੇਗਮ ਸਾਹਿਬਾਂ ਨੇ ਨਾਸ਼ਤਾ ਵਗੈਰਾ ਜੀ ਪਕਾ ਲਿਆ ਔਰ ਨਾਸ਼ਤਾ ਕਰਦੇ ਹਾਂ, ਉਸ ਤੋਂ ਬਾਅਦ ਫਿਰ ਜਿਹੜਾ ਨਾ ਘਰ ਦਾ ਕੰਮ ਸ਼ੁਰੂ ਕਰਦੇ ਹਾਂ। ਤੁਹਾਨੂੰ ਦਿਖਾਉਣਾ ਰਾਤ ਮੈਂ ਕਿੰਨਾ ਖਤਮ ਕੀਤਾ ਸੀ, ਬਾਕੀ ਹੁਣ ਤਾਂ ਕਾਫੀ ਜ਼ਿਆਦਾ ਜਿਹੜੀ ਹੈ ਨਾ ਗਰਮੀ ਪੈਣ ਲੱਗ ਜਾਣੀ, ਜਦੋਂ ਵਜੇ ਤਕਰੀਬਨ 3-4-1 ਵਜੇ ਕੰਮ ਸ਼ੁਰੂ ਕਰਾਂਗਾ, ਕਿਉਂਕਿ ਹੁਣ ਤਾਂ ਕਾਫੀ ਗਰਮੀ ਹੈ, ਹੁਣ ਨਹੀਂ ਹੋਣਾ ਮੇਰੇ ਕੋਲ ਕੰਮ। ਰੰਗ ਵਗੈਰਾ ਜਿਹੜਾ ਚੱਕ ਕੇ ਅੰਦਰ ਰੱਖ ਦਿੰਦੇ ਹਾਂ ਔਰ ਬੱਚਿਆਂ ਸਾਰਿਆਂ ਨੇ ਕਰ ਲਿਆ, ਸਾਰਿਆਂ ਨਾਸ਼ਤਾ ਕਰ ਲਿਆ ਤੇ ਚਾਹ ਨੇ ਖਾਸੇ ਕੇ ਖਾ ਲਾਂਗੇ। ਮੇਰਾ ਚਨੇ ਪਏ ਨਹੀਂ ਹੈ। ਹਾਂ ਪਏ ਨੇ ਥੋੜੇ ਜਿਹੇ, ਬਸ ਚਨਿਆਂ ਨਾਲ ਖਾਵਾਂਗਾ, ਇੱਕ ਪਰਾਠਾ ਤੇ ਚਾਹ ਪਕਾ ਲ, ਚਾਹ ਬਣਾਈ, ਕਾਹਵਾ ਬਣਾਇਆ, ਮੈਂ ਕਾਹਵਾ ਬਣਾਇਆ। ਚਲੋ ਔਰ ਤੁਹਾਨੂੰ ਹੁਣ ਦਿਖਾਉਂਦੇ ਹਾਂ, ਇੱਥੇ ਅਸੀਂ ਰਾਤ ਨੂੰ ਸੋਏ ਸੀ, ਇਹ ਸਾਡੀ ਜਗ੍ਹਾ ਬਣਾਉਣ ਦਾ ਹੁਣ ਨਾ ਕਾਫੀ ਜ਼ਿਆਦਾ ਫਾਇਦਾ ਹੋ ਗਿਆ, ਇਜ਼ਾਫੀ ਕਿ ਇੱਥੇ ਹੁਣ ਮੰਜੇ ਵਗੈਰਾ ਸੀ ਜਿਹੜਾ ਨਾ ਸਾਈਡ 'ਤੇ ਪਾ ਸਕਦੇ ਹਾਂ, ਪਰਲੀ ਜਗ੍ਹਾ ਖਾਲੀ ਵੀ ਬਚ ਜਾਂਦੀ। ਪਹਿਲੇ ਇਸ ਜਗ੍ਹਾ ਅਸੀਂ ਮੰਜੇ ਨਹੀਂ ਪਾ ਸਕਦੇ ਕਿਉਂਕਿ ਇਹ ਜਗ੍ਹਾ ਕਾਫੀ ਕੰਮ ਹੈਗੀ ਸੀ, ਔਰ ਕਲਰ ਵਗੈਰਾ ਚੱਕ ਕੇ ਜਿਹੜਾ ਅੰਦਰ ਰੱਖ ਦਿੰਦੇ ਹਾਂ। ਔਰ ਮੈਨੂੰ ਇੱਕ ਹੋਰ ਚੀਜ਼ ਦਾ ਵੀ ਪਤਾ ਲੱਗਿਆ ਕਿ ਪੈਸੇ ਜਿਹੜਾ ਕਾਫੀ ਸਾਰਾ ਬਚ ਜਾਣ, ਵੱਡੀ ਬਾਲਟੀ ਲੈ ਕੇ ਆਉਣੀ ਸੀ, ਇੱਕ ਛੋਟਾ ਹੀ ਡੱਬਾ ਹੋਰ ਮੈਨੂੰ ਜਿਹੜਾ ਨਾ ਕੰਮ ਦੇ ਜਾਵੇਗਾ ਅਤੇ ਸਾਰਾ ਕਲਰ ਵਗੈਰਾ ਨਾ ਹੋ ਜਾਵੇਗਾ। ਇਹ ਵਾਲਾ ਬਾਲਟੀ ਵੱਡੀ ਹਟਾ ਕੇ ਨਾ ਇੱਕ ਇਸ ਤਰ੍ਹਾਂ ਦਾ ਛੋਟਾ ਡੱਬਾ ਲੈ ਆਉਂਦੇ ਹਾਂ। ਅਲਹਮਦੁਲਿਲਾ ਜੀ ਸੁਬਹ ਦਾ ਨਾਸ਼ਤਾ ਆ ਗਿਆ ਔਰ ਅੱਜ ਸੁਬਹ ਸੁਬਹ ਹੀ ਬੜੀ ਹੀ ਤੇਜ਼ ਗਰਮੀ ਪੈ ਰਹੀ ਹੈ, ਚਨੇ ਔਰ ਨਾਲ ਪਰਾਠੇ, ਅੱਜ ਨਾ ਕੰਮ ਕਾਫੀ ਜ਼ਿਆਦਾ ਕਰਨ ਵਾਲੇ ਪਏ ਹੋਏ ਨੇ। ਲਿਪਾਈ ਵਗੈਰਾ ਦਾ ਇਰਾਦਾ ਬਣਾਇਆ ਹੋਇਆ ਸੀ, ਮੈਂ ਕਿਹਾ ਸਾਰੇ ਕੰਮ ਖਤਮ ਕਰਨੇ, ਲੇਕਿਨ ਅੱਜ ਨਾ ਗਰਮੀ ਇੰਨੀ ਜ਼ਿਆਦਾ ਸੁਬਹ ਨਾਲੀ ਪੈ ਰਹੀ ਹੈ, ਇੱਕ ਨਾ ਲਾਈਟ ਚਲੀ ਗਈ ਆ, ਮੈਂ ਤਾਂ ਸਮਝ ਲਓ ਕਿ ਨਾਸ਼ਤਾ ਕਰਕੇ ਮੈਂ ਕਿਹਾ ਅੱਧਾ ਘੰਟਾ ਸੋਨੇ ਹਾਂ, ਲੇਕਿਨ ਸੌਣ ਤੋਂ ਪਹਿਲੇ ਜਿਹੜੀ ਨਾ ਲਾਈਟ ਚਲੀ ਗਈ। ਔਰ ਬੇਗਮ ਸਾਹਿਬਾ ਮਸਰੂਫ ਹੈ, ਨਵਾਂ ਅਸੀਂ ਕੰਬਲ ਲੈ ਕੇ ਆਉਂਦਾ ਸੀ, ਬੱਚੇ ਵੱਡੇ ਸਾਨੂੰ ਰਾਸ ਨਹੀਂ ਆਇਆ, ਸਾਰਾ ਨਾ ਉਖੜ ਗਿਆ। ਇਹ ਦੇਖੋ ਬੇਗਮ ਸਾਹਿਬਾ ਸਿਲਾਈ ਵਗੈਰਾ ਜਿਹੜਾ ਨਾ ਕਰ ਰਹੀ ਆ, ਦੋ ਕੰਬਲ ਹੋਏ ਪਏ, ਦੋ ਬਟਾਕ ਹੋ ਗਏ, ਅਸਲ 'ਤੇ ਥੋੜ੍ਹਾ ਜਿਹਾ ਨਿਕਲਿਆ ਸੀ, ਧਾਗਾ ਨਿਕਲਿਆ ਹੋਇਆ ਸੀ ਅਤੇ ਉਹਦੇ 'ਚ ਨਿਕਲਦਾ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਾਫੀ ਸਾਰਾ। ਔਰ ਇਹ ਪੱਖਾ ਵੀ ਹੁਣ ਸਹੀ ਕਰਾਉਂਦੇ ਹਾਂ, ਇਹਦੀ ਜਿਹੜਾ ਕਹਿੰਦਾ ਸਿੱਲ ਸੜਿਆ ਹੋਇਆ, ਇਹ ਪੱਖਾ ਠੀਕ, ਇੱਕ ਇਹਦਾ ਨਾ ਸਿੱਲ ਸੜ ਗਿਆ ਔਰ ਬੱਚੇ ਸਾਰੇ ਜਿਹੜੇ ਨਾ ਅੰਦਰ ਬੈਠੇ ਹੋਏ ਨੇ। ਹੈਲੋ ਅਬਦੁਲ ਹਾਦੀ, ਗੁੜੀਆ ਨਾਲ ਖੇਡ ਰਿਹਾ ਹੈ, ਇਹ ਕਹਿੰਦੀ ਗੁੜੀਆ ਤੇਰੀ ਹੈ। ਬੱਚਿਆਂ ਦੀ ਲਿਖਾਈ ਵਗੈਰਾ ਮੈਂ ਚੈੱਕ ਕਰ ਰਿਹਾ ਸੀ ਕੰਮ, ਇਹ ਦੇਖੋ ਇਹ ਬੱਚਿਆਂ ਦੀ ਇੰਗਲਿਸ਼ ਲਿਖੀ ਹੋਈ ਆ, ਮੈਨੂੰ ਤਾਂ ਇਸ ਤਰ੍ਹਾਂ ਲਿਖਣ ਨਹੀਂ ਆਉਂਦੀ, ਜਿਸ ਤਰ੍ਹਾਂ ਸਮਝ ਲਓ ਕਿ ਮਾਸ਼ਾਅੱਲਾ ਅੱਛੇ ਜਿਹੜੇ ਹੈਗਾ ਨਾ ਪੜ੍ਹ ਪੂੜ ਰਹੇ ਨੇ, ਰਾਈਟਿੰਗ ਵਗੈਰਾ ਠੀਕ ਹੋਵੇ ਨਾ ਬੱਚਿਆਂ ਦੀ, ਕੱਲ੍ਹ ਨੂੰ ਡਾਕਟਰ ਵਗੈਰਾ ਬਣਨਗੇ ਜਾਂ ਕਿਸੇ ਮਹਿਕਮੇ 'ਚ ਕੰਮ ਕਰਨਗੇ ਨਾ ਤਾਂ ਲਿਖਾਈ ਉੱਤੇ ਸਾਈਨ ਵਗੈਰਾ, ਜਿਵੇਂ ਮਸਲਨ ਸਾਡਾ ਕੁਛ ਨਾ ਸ਼ੌਂਕ ਹੁੰਦਾ ਹੈ ਪੰਜਾਬੀਆਂ ਦਾ ਕਿ ਡਾਕਟਰ ਨਾ ਇੰਝ ਕਰਕੇ ਜਰੀਟੇ ਮਰੀਟੇ ਮਾਰ ਕੇ ਜਿਵੇਂ ਲਿਖਦਾ ਇੰਗਲਿਸ਼ ਦੇ ਵਿੱਚ ਨਾ ਦਵਾਈਆਂ ਦਵੂਈਆਂ, ਅਤੇ ਉਹ ਜਿਤਨੀ ਇੰਗਲਿਸ਼ ਦੀ ਰਾਈਟਿੰਗ ਅੱਛੀ ਹੋਵੇਗੀ ਨਾ ਉਤਨੇ ਅੱਛੇ ਡਾਕਟਰ ਬਣੋਗੇ ਤੁਸੀਂ। ਔਰ ਦੇਖੋ ਸਾਰੀ ਇੱਥੇ ਥੱਲੇ ਪਿਆ ਸੀ,
लेकिन ना इन्हें लिखाई इन की कहें उर्दू की लिखाई नहीं ठीक है, तो बाकी लिखाई इंग्लिश की बड़ी जबरदस्त लिखाई है, तो उर्दू की लिखाई नहीं ठीक। मेरे ख्याल इंग्लिश इतने ज़्यादा ठीक पढ़ाते हैं। एक डॉक्टर जेड़ा है ना बनया ही बैठा है, ओ वेखो चश्मा ला के विखा डॉक्टर जिमें लाते हैं, वो गल में पाई बैठा है। काम देखो ना तोड़ ना गुस्से में तोड़नी नहीं ना जिस तरह मैं कल दे व्लॉग च किया सी ना कि किसी नूं मेरी समझ नहीं लगनी कि मैं इत्थे की कर रहा या की करना की नहीं करना, और काफ़ी सारे कमेंट वगैरह आए हुए थे कि तुसी पहले नालों जिहड़ा गा ना फर्श खराब कर दिता वगैरह वगैरह। हाले फर्श इस तरह ही नहीं बनना जिवें बनिया पिया, इहदे ते थोड़ी जी डेकोरेशन वगैरह करनी आ, वो जो करा तो तुहानूं समझ लग जाएगी कि इत्थे मैं करन की लग्या या जो इत्थे जिहड़ा गा ना होना काफ़ी खूबसूरत बन जाएगा। एक तो ना कलर कर लिया ना तो यह मिट्टी जी नज़र जी तुहानूं आउंदी है ना तो काफ़ी सारे मैनूं ना कमेंट आते रहते धन्यवाद भाई तुहाडे घर सफाई कोई नहीं गंद, क्योंकि ना ये मिट्टी जिन्नी देर तक लुकी ना कलर वगैरह ना ना किया, तो असी इनू दिहाड़ी में हालांकि कल असी इनू धोया सी तुहाडे सामने और महसूस कोई हो रहा कि जिहड़ा गा ना फर्श धोया होया महसूस हो रहा जिवें मिट्टी मिट्टी है दाग ही दाग लगे, इसे करके मैं कलर वगैरह जिहड़ा ना पक्का कर रहा ताकि ना जो भी असी इनू धोईए ना तो ये बिल्कुल जिहड़ा हैगा ना चमक चमकण दमकण लग जाए, क्योंकि कलर तो बगैर ये जिन्ना मर्जी असी धो लीए ना तो ये मिट्टी बिल्कुल पक्की पई है, इन्हें इवें ही जिहड़ा गा रहना है। तो यह मुकम्मल अज करांगे ना तो अज तुहानूं समझ लग जाएगी कि जिहड़ा गा ना किस तरह कलर हो रहा। पहले वाली मुर्गी का सिर्फ और सिर्फ एक बच्चा निकलिया सी, निकले दो सी, एक ना पता नहीं गायब हो गया कां लै गया मर गया कोई समझ ही हुंदी कोई नहीं लगी, और दूसरी मुर्गी के बच्चे निकले ने रात नूं दो के तीन मेरे ख्याल निकले हुए ने, और यह देखो हुण मैं देखे ने मेरे ख्याल दो मैं नज़र आए ने होर भी हो सकते ने, ऐ देखो ओ बैठा माँ दे कोल एक हैगा एक होर भी इत्थे थले, दो निकल आए ने बच्चे ते हाले तक मजीद शाम तक ना होर भी निकलणगे क्योंकि अंडे थोड़े थोड़े ना काफ़ी सारे टुटे हुए अठ जे है ना अंडे पे हुए हैं, अगर अठ दे अठ बच्चे निकल आए ना तो मुर्गियां ही मुर्गियां घर च हो जाएंगे जो वे होंगे इंशाल्लाह, और उम्मीद है कि ऐ वाले जिहड़े अंडे है सारे में बच्चे निकलणगे इंशाल्लाह। और बाकी रात के व्लॉग कह रहे थे ना कि अंडे जो खराब हो रहे उधर अंडिया सारिया के अंदर जोड़े है ना बच्चे बनते पे ने जोड़े उत्थे पे हुए हैं, मसल एक्यूबेटर तो नहीं है लेकिन बना लिया उन्दे विच ना सारिया के अंदर ही जोड़े है ना बच्चे बनते पे, कोई एक अद्धा विच ना बने अलग आ लेकिन वो बिल्कुल सही काम करता पे, और मैं सोच रहा कि उन्होंने जोड़ा है ना अंडे वाली मशीन ही बना लेना कोई ना उन्दे पंखा वगैरह ला के ना सिस्टम ऐसा ला के ना उन्होंने अंडे वाली मशीन बना लैने इस। ज़्यादातर कमेंट मैनू इस तरह के ही आ रहे हैं कि फर्श खराब ना कर लेना रंग मसल रंग बिरंगा करके, इंशाल्लाह ना फर्श बिल्कुल खराब नहीं होंगे तुसी बेझिझक फिक्र हो जाओ, क्योंकि मैं ना हाले तक वो वेखण हुण महसूस हो रहा है कि बड़ा गंदा जिहड़ा लग रहा हाले मुकम्मल जो हो गया इंशाल्लाह शाम के व्लॉग तुहानूं नज़र आएगा कि फरा जेड़ा, क्योंकि हूँ ना दोपहर टाइम है काफ़ी ज़्यादा गर्मी नहीं तो हूँ मैं कलर वगैरह करा क्योंकि ना धुप इस टाइम ना तुम दिखाना सारी आई हुई है, देखो ना बार कि तेज़ रोशनी आ मोबाइल ही नहीं डिटेक्ट कर पा रहा है, देखो ना हूँ तो बाकी ना रंग बिरंगा लग रहा है, लेकिन इंशाल्लाह तुहानू सुबह शाम तक जेड़ा ना सुबह तक नहीं तो इंशाल्लाह कोशिश करा अजो मुकम्मल, क्योंकि ना इतने सारी रोशनी हैगी इस करके हूँ जोड़ा है ना इस जगह से काम नहीं कर सकता, बहुत ही तेज़ धुप निकली हुई है टेंपरेचर काफ़ी आ फर्श भी गर्म है इस करके थोड़ा ठंडा आंदा ना इस साइड तो साया आ गया जो फिर काम शुरू करा। तुसी नहीं खाली बेगम साहब भी कह रही थी ये तू कि खराब जेड़ा करता भी इस तरह करना कि करना मैं खाली इन्हें उत्ते होर भी रंग होना, बच्चे भी कह रहे थे कि इन रंग करना किस तरह करना, ये मैं ना यूट्यूब तो एक वीडियो वेखी सी तो उनकी जी नकल वगैरह करन लगे पता नकल होंगी भी है कि नहीं होंगी ये भी अल्लाह जाने, अगर तो खराब हो गया तो फिर तो वाकई रंग बिरंगा करके खराब कर लवांगा, अगर कामयाब हो गया तो फिर तो क्या ही बात है मौजा ही मौजा होनगियां, और इनके काम चेक करो तुम नवा छड़िया ना बच्चों सही किया। हेलो की हो रहा है कोई नहीं गर्मी है नहाते रहे मैंने तो कोई नहीं मसला क्योंकि गर्मी हूँ काफ़ी ज़्यादा हो गई, और माशाल्लाह साढ़े फुल दोबारा फिर जो है इस बूटे तो लगने शुरू हो गए हैं, तैन पता है तैन दसिया बल्कि तुम ही मैंने किसी ने कोई नहीं दसिया और जी चिड़ी ने इस साइड से आलना बनाया से ना परली साइड तो उन्हें फिर बनाया मेरे ख्याल अगले बच्चे उन्हें मर गए होने जो आया से ना आंधी वगैरह तेज़ तूफान
ਬਰਫ਼ ਵਗੈਰਾ ਹੀ ਪਈ ਸੀ ਉਦੋਂ ਉਹਦੇ ਬੱਚੇ ਇੱਕ ਅੱਧਾ ਨਜ਼ਰ ਆਇਆ ਸੀ ਉਹ ਬਾਅਦ ਵਿੱਚ ਫਿਰ ਰਾਤ ਨੂੰ ਤੂਫਾਨ ਆ ਗਿਆ ਉਸ ਤੋਂ ਬਾਅਦ ਉਹ ਵੀ ਨਜ਼ਰ ਨਹੀਂ ਆ ਰਿਹਾ ਬੇਚਾਰੇ ਸਾਰੇ ਤਿੰਨੋਂ ਬੱਚੇ ਨਾ ਹਾਲਾਂਕਿ ਉੱਡਣ ਲੱਗ ਗਏ ਸੀ ਉਹ ਪਤਾ ਨਹੀਂ ਉੱਡ ਕੇ ਕਿਤੇ ਚਲੇ ਗਏ ਆਂਧੀ ਦੇ ਵਿੱਚ ਗੁੰਮ ਹੋ ਗਏ ਇਹ ਵੀ ਕੋਈ ਨਹੀਂ ਪਤਾ ਮਰ ਗਏ ਇਹ ਵੀ ਕੋਈ ਨਹੀਂ ਪਤਾ ਕਿਉਂਕਿ ਇਹ ਘਰ ਉਹਨੇ ਬਣਾਇਆ ਸੀ ਉਹਦਾ ਘਰ ਇਵੇਂ ਹੀ ਖੜਾ ਹੋਇਆ ਇਹ ਦੇਖੋ ਉੱਥੇ ਹੀ ਖੜਾ ਹੋਇਆ ਔਰ ਨਵਾਂ ਘਰ ਜਿਹੜਾ ਹੈਗਾ ਨਾ ਇਸ ਸਾਈਡ 'ਤੇ ਉਹਨੇ ਬਣਾਇਆ ਹੁਣ ਦੁਬਾਰਾ ਫਿਰ ਕਿਉਂਕਿ ਉਸ ਸਾਈਡ 'ਤੇ ਆਂਧੀ ਨਾਲ ਉਹਦਾ ਘਰ ਖਰਾਬ ਹੋ ਗਿਆ ਸੀ ਅਤੇ ਇਸ ਕਰਕੇ ਉਹਨੇ ਹੁਣ ਇਸ ਸਾਈਡ 'ਤੇ ਘਰ ਬਣਾਇਆ ਇਹ ਦੇਖੋ ਮੈਂ ਇਸੇ ਕਰਕੇ ਨਾ ਤੰਗ ਨਹੀਂ ਨਾ ਕਰਦੇ ਸੀ ਇਸੇ ਕਰਕੇ ਸਾਡੇ ਘਰ ਦੇ ਵਿੱਚ ਉਹਨੇ ਦੁਬਾਰਾ ਫਿਰ ਘਰ ਆਪਣਾ ਬਣਾਇਆ ਕਿਉਂਕਿ ਅਸੀਂ ਬੱਚਿਆਂ ਵਗੈਰਾ ਨੂੰ ਨੁਕਸਾਨ ਨਹੀਂ ਦਿੱਤਾ ਕੁਛ ਵੀ ਨਹੀਂ ਸਾਨੂੰ ਦੇਖਦੇ ਵੀ ਰਹਿੰਦੇ ਸੀ ਇਸੇ ਕਰਕੇ ਉਹਨੂੰ ਦੁਬਾਰਾ ਫਿਰ ਇਸ ਸਾਈਡ 'ਤੇ ਘਰ ਬਣਾਇਆ ਔਰ ਉਮੀਦ ਅੱਲਾ ਕਰੇ ਇਸ ਵਾਰੀ ਜਿਹੜਾ ਨਾ ਆਂਧੀ ਵਗੈਰਾ ਜਾਂ ਬਾਰਿਸ਼ਾਂ ਵਗੈਰਾ ਨਾ ਹੋਣ ਨਹੀਂ ਤਾਂ ਉਹਦੇ ਬੱਚੇ ਫਿਰ ਵੀ ਮਰਨ ਦਾ ਜਿਹੜਾ ਨਾ ਖਤਰਾ ਪਤਾ ਨਹੀਂ ਆਂਡੇ ਵਗੈਰਾ ਸ਼ਾਇਦ ਲਾਹ ਲਏ ਹੋਣ ਕੋਈ ਪਤਾ ਨਹੀਂ ਕਾਫੀ ਦਿਨ ਹੋ ਗਏ ਨਾ ਬਣਾ ਰਹੀ ਹੈ ਘਰ ਨਹੀਂ ਹਾਲੇ ਤੱਕ ਆਂਡੇ ਵਗੈਰਾ ਕੋਈ ਨਹੀਂ ਲਾਏ ਘਰ ਜਿਹੜਾ ਹੈਗਾ ਨਾ ਮੁਕੰਮਲ ਹੋਇਆ ਪਿਆ ਉਹਦਾ ਕੰਮ ਜਿਹੜੇ ਹੈਗੇ ਸੀ ਸਾਰੇ ਆਪਣੇ ਆਪਣੇ ਵੰਡ ਲੈਣੇ ਨੇ ਬੇਗਮ ਸਾਹਿਬਾ ਕਹਿ ਰਹੀ ਹੈ ਕਿ ਮੈਂ ਇੱਧਰੇ ਕਿਚਨ ਨਾਲ ਸਾਈਡ ਜਿਹੜੀ ਨੇ ਸਾਰੀ ਸਾਫ਼ ਕਰ ਲੈਂਦੀ ਹਾਂ ਮਿੱਟੀ ਵਗੈਰਾ ਕੁੱਟ ਕੇ ਗਾਰਾ ਵਗੈਰਾ ਬਣਾ ਕੇ ਲਿਪਾਈ ਕਰਨੀ ਆ ਥੋੜ੍ਹੀ ਬਹੁਤੀ ਤੂੰ ਵੀ ਕਰਾ ਦੇਵੀਂ ਅੰਦਰ ਦੀ ਸਫਾਈ ਤੂੰ ਵੀ ਫਰਸ਼ ਵਾਲਾ ਸਾਰਾ ਕੰਮ ਕਰ ਲਾ ਟੋਟਲ ਅਤੇ ਬਾਕੀ ਈਦ ਵਾਸਤੇ ਜਿਹੜਾ ਹੈਗਾ ਨਾ ਕੋਸ਼ਿਸ਼ ਤਾਂ ਕਰ ਰਹੇ ਹਾਂ ਕਿ ਬੱਕਰਾ ਕਿਧਰੋਂ ਨਾ ਮਾੜਾ ਮੋਟਾ ਮਿਲ ਜਾਵੇ ਦਰਮਿਆਨੇ ਜਿਹਾ ਠੀਕ ਹੈ ਉਸ ਤੋਂ ਇਲਾਵਾ ਅਗਰ ਉਹ ਨਾ ਮਿਲਿਆ ਤਾਂ ਫਿਰ ਕਿਸੇ ਕੱਟੇ ਲਈ ਜਾਂ ਕਿਸੇ ਡੰਗਰ ਦੇ ਵਿੱਚ ਨਾ ਹਿੱਸਾ ਪਾ ਲਵਾਂਗੇ ਇਨਸ਼ਾਅੱਲਾ ਮੁਰਗੀ ਇਸ ਕਮਰੇ 'ਚ ਵੜੀ ਹੋਈ ਸੀ ਮੇਰੇ ਖਿਆਲ ਅੰਡਾ ਵਗੈਰਾ ਉਹਨੇ ਨਾ ਲਾਇਆ ਹੋਣਾ ਹਾਲੇ ਅੰਡਾ ਲਾ ਰਹੀ ਆ ਇਹ ਚੰਗੀ ਹੈ ਮੁਰਗੀਆਂ ਇਹ ਪਹਿਲੇ ਤਾਂ ਉੱਧਰ ਹੀ ਅੰਡੇ ਦੇ ਦਿੰਦੀ ਸੀ ਅਤੇ ਲੇਕਿਨ ਜਦੋਂ ਦਾ ਇਸ ਮੁਰਗੇ ਨਾਲ ਰਲੀ ਆ ਨਾ ਇਹ ਹੈਗਾ ਦੇਸੀ ਮੁਰਗਾ ਇਹ ਹੈਗੀ ਫਾਰਮੀ ਵਗੈਰਾ ਇਹ ਪਹਿਲੇ ਅੰਡਾ ਉੱਧਰ ਵਿੱਚ ਹੀ ਦੇ ਦਿੰਦੀ ਸੀ ਹੁਣ ਇੱਥੇ ਅੰਦਰ ਆ ਕੇ ਅੰਡਾ ਵਗੈਰਾ ਦਿੰਦੀਆਂ ਨੇ ਜਿਸ ਤਰ੍ਹਾਂ ਅਸੀਲ ਮੁਰਗੀਆਂ ਜਾਂ ਦੇਸੀ ਮੁਰਗੀਆਂ ਦਿੰਦੀਆਂ ਨੇ ਔਰ ਪਤਾ ਨਹੀਂ ਇਹਨੇ ਅੰਡਾ ਦਿੱਤਾ ਵੀ ਹੈ ਕਿ ਨਹੀਂ ਦਿੱਤਾ ਔਰ ਇੱਥੇ ਆ ਕੇ ਅੰਡਾ ਦਿੰਦੀ ਹੈ ਰੋਜ਼ ਹੀ ਹੁਣ ਹੈਲੋ ਖੂਬਸੂਰਤ ਬੜੀਆਂ ਹੈਗੀਆਂ ਉੱਤੇ ਇਹਨਾਂ ਦੇ ਸਿਰ ਦੇ ਵਾਲ ਹੈਗੇ ਬੈਠ ਬਹਿ ਜਾ 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 ਅੰਡੇ ਦੀ ਜ਼ਰੂਰਤ ਹੈ ਬਹਿ ਜਾ ਬਹਿ ਜਾ ਇਹ ਅੰਡਾ ਹੈਗਾ ਜੀ ਸ਼ੋਰ ਉਹ ਵੀ ਰੋ ਉਹਨੇ ਹੀ ਹਾਲ ਪਾ ਦਿੱਤੀ ਨਾਲ ਦੇ ਨਾਲ ਹੋਰ ਜੀ ਇਹਨਾਂ ਦੇ ਜਿਹੜੇ ਬੱਚੇ ਨਿਕਲੇ ਹੈਗੇ ਨਾ ਬੱਚੇ ਇਹਨਾਂ ਮੁਰਗੀਆਂ ਦੇ ਜਿਹੜੀਆਂ ਇਹ ਬੈਠੀ ਹੋਈ ਸੀ ਮੁਰਗੀ ਨਾ ਅੰਡਾ ਵਗੈਰਾ ਦਿੰਦੀ ਇਹਦੇ ਹੀ ਇਹ ਬੱਚੇ ਨਿਕਲੇ ਹੋਏ ਨੇ ਸਾਰੇ ਦੇ ਸਾਰੇ ਇਹ ਦੇਖੋ ਇਹ ਦੋਨੋਂ ਬੱਚੇ ਬਾਹਰ ਆਏ ਬੈਠੇ ਨੇ ਔਰ ਸਾਰੇ ਬੱਚੇ ਹੀ ਇਹਦੇ ਨੇ ਇਹ ਹਾਲੇ ਬਾਕੀ ਜਿਹੜੇ ਨਿਕਲਣੇ ਨੇ ਉਹ ਵੀ ਇਹਦੇ ਨੇ ਔਰ ਇਹ ਜਿਹੜੇ ਅੰਡੇ ਵਗੈਰਾ ਪਏ ਹੈਗੇ ਨਾ ਸਾਰੇ ਦੇ ਸਾਰੇ ਹੀ ਇਹ ਅੰਡੇ ਇਹ ਸਾਰੇ ਹੀ ਇਸ ਮੁਰਗੀ ਦੇ ਹੀ ਨੇ ਸਾਰੇ ਅੰਡੇ ਔਰ ਇਹਨਾਂ ਦੇ ਵਿੱਚ ਹੀ ਬੱਚੇ ਬਣਦੇ ਪਏ ਨੇ